ਸਤਿ ਸ੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਆਓ ਇੱਕ ਝਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਸਰਬੱਤ ਖਾਲਸਾ 'ਚ ਹੋਇਆ ਸਿੱਖ ਸੰਗਤਾਂ ਦਾ ਭਾਰੀ ਇਕੱਠ। ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਸਰਬੱਤ ਖਾਲਸਾ 'ਚ ਕੁੱਲ 13 ਮਤੇ ਪਾਸ ਕੀਤੇ ਗਏ। 20 ਨਵੰਬਰ ਨੂੰ ਨਿਤੀਸ਼ ਕੁਮਾਰ ਮੁੱਖ ਮੰਤਰੀ ਦੇ ਅਹੁਦੇ ਦਾ ਹਲਫ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬੁਨਿਆਦੀ ਢਾਂਚਾ ਖੇਤਰ 'ਚ ਪ੍ਰਗਤੀ ਸੰਬੰਧੀ ਸਮੀਖਿਆ ਕੀਤੀ। ਮੋਦੀ ਸਰਕਾਰ ਨੇ 15 ਖੇਤਰਾਂ 'ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਨਿਯਮ ਕੀਤੇ ਆਸਾਨ ਅਤੇ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 7 ਅਤੇ 8 ਦਸੰਬਰ ਨੂੰ ਜਾਣਗੇ ਪਾਕਿਸਤਾਨ। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਸਿੱਖ ਪੰਥ ਦਰਮਿਆਨ ਕੁਝ ਅੰਦਰੂਨੀ ਵਿਵਾਦਾਂ ਦੇ ਚੱਲਦਿਆਂ ਪੰਥਕ ਜਥੇਬੰਦੀਆਂ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਦੇ ਨਾਂ ਤਹਿਤ ਪੰਥਕ ਇਕੱਠ ਨੂੰ ਅੱਜ ਮੀਂਹ ਦੇ ਬਾਵਜੂਦ ਭਰਵਾਂ ਹੁੰਗਾਰਾ ਮਿਲਿਆ, ਜਦੋਂ ਬੇਮਿਸਾਲ ਜੁੜੀ ਸਿੱਖ ਸੰਗਤ ਦੀ ਹਾਜ਼ਰੀ 'ਚ ਫੈਸਲਿਆਂ ਕਾਰਨ ਵਿਵਾਦ 'ਚ ਆਏ ਸਿੰਘ ਸਾਹਿਬਾਨ ਨੂੰ ਹਟਾਉਣ ਸਮੇਤ 13 ਮਤੇ ਸਿੱਖਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕੀਤੇ ਗਏ। ਅੰਮ੍ਰਿਤਸਰ ਨਜ਼ਦੀਕ ਇਤਿਹਾਸਿਕ ਪਿੰਡ ਚੱਬਾ ਨੇੜੇ ਮੁੱਖ ਸੜਕ ਤੋਂ ਪਰਾਂ ਖੇਤਾਂ 'ਚ ਹੋਏ ਇਸ ਵੱਡੇ ਪੰਥਕ ਮਹਾਂ ਸੰਮੇਲਨ 'ਚ ਸ਼ਾਮਲ ਵੱਖ ਵੱਖ ਸਿੱਖ ਜਥੇਬੰਦੀਆਂ, ਸਿਆਸੀ ਪਾਰਟੀਆਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਧਾਰਮਿਕ ਕਾਰ ਸੇਵਾ ਵਾਲੇ ਬਾਬਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੁੜੀ ਸਿੱਖ ਸੰਗਤ ਤੋਂ ਪ੍ਰਬੰਧਕਾਂ ਵੱਲੋਂ ਮੰਚ 'ਤੇ ਬੋਲਦਿਆਂ ਜਿਨ੍ਹਾਂ ਮਤਿਆਂ ਦੀ ਪ੍ਰਵਾਨਗੀ ਲਈ ਗਈ ਉਹਨਾਂ 'ਚ ਪ੍ਰਮੁੱਖ ਡੇਰਾ ਮੁਖੀ ਨੂੰ ਮਾਫ਼ੀ ਫੈਸਲਾ ਦੇਣ ਵਾਲੇ 5 ਸਿੰਘ ਸਾਹਿਬਾਨ 'ਚੋਂ 4 ਤਖ਼ਤ ਸਾਹਿਬਾਨ ਦੇ ਜਥੇਦਾਰਾਂ ਸਿੰਘ ਸਾਹਿਬ, ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਸਾਹਿਬਾਨ ਦੀ ਮਾਨ ਮਰਿਆਦਾ ਕਾਇਮ ਨਾ ਰੱਖ ਸਕਣ ਕਾਰਨ ਸੇਵਾ ਮੁਕਤ ਕਰ ਦਿੱਤਾ ਗਿਆ, ਜਿਨ੍ਹਾਂ ਦੀ ਥਾਂ ਬੇਅੰਤ ਸਿੰਘ ਕਤਲ ਮਾਮਲੇ 'ਚ ਬੁੜੈਲ ਜੇਲ੍ਹ ਵਿਖੇ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਇਸੇ ਤਰ੍ਹਾਂ ਹੀ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ। ਇਸ ਦੌਰਾਨ ਜਿੱਥੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਬਾਰੇ ਕੋਈ ਜ਼ਿਕਰ ਨਹੀਂ ਹੋਇਆ, ਉੱਥੇ ਭਾਈ ਹਵਾਰਾ ਦੇ ਜੇਲ੍ਹ 'ਚ ਹੋਣ ਕਾਰਨ ਸਾਬਕਾ ਸੰਸਦ ਮੈਂਬਰ ਭਾਈ ਧਿਆਨ ਸਿੰਘ ਮੰਡ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਹੈ। ਇਸ ਤੋਂ ਕੁਝ ਮਿੰਟ ਪਹਿਲਾਂ ਹੀ ਮੰਚ ਤੋਂ ਭਾਈ ਮੰਡ ਦੇ ਸਰਗਰਮ ਰਾਜਨੀਤੀ ਨਾਲ ਜੁੜੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ। ਸਰਬੱਤ ਖਾਲਸਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਕੱਤਰ ਹੋਈ ਸੰਗਤ ਦੀ ਹਾਜ਼ਰੀ ਵਿੱਚ 13 ਮਤੇ ਪਾਸ ਕੀਤੇ ਹਨ, ਜਿਨ੍ਹਾਂ ਵਿੱਚ ਮੌਜੂਦਾ ਤਖ਼ਤਾਂ ਦੇ 5 ਤਖ਼ਤਾਂ ਦੇ ਜਥੇਦਾਰਾਂ ਨੂੰ ਉਹਨਾਂ ਦੇ ਲਾਂਭੇ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ ਜਾਂਦਾ ਹੈ ਅਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਲਾਇਆ ਗਿਆ। ਅਮਰੀਕ ਸਿੰਘ ਅਜਨਾਲਾ ਤਖ਼ਤ ਕੇਸਗੜ੍ਹ ਅਤੇ ਬਲਜੀਤ ਸਿੰਘ ਦਾਦੂਵਾਲ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ। KPS ਗਿੱਲ ਅਤੇ KS ਬਰਾੜ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਨਵੰਬਰ 20 ਤੱਕ ਸ੍ਰੀ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਸਪਸ਼ਟੀਕਰਨ ਮੰਗਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਅਤੇ ਪ੍ਰਭੂਸੱਤਾ ਨੂੰ ਬਣਾਈ ਰੱਖਣ ਲਈ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਰਾਏ ਨਾਲ ਗੰਭੀਰ ਯਤਨ ਕੀਤੇ ਜਾਣ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਪੰਥ ਰਤਨ ਵਾਪਸ ਲਿਆ ਜਾਂਦਾ ਹੈ ਅਤੇ ਅਵਤਾਰ ਸਿੰਘ ਤੋਂ ਸ਼੍ਰੋਮਣੀ ਸੇਵਕ ਦਾ ਅਵਾਰਡ ਵਾਪਸ ਲਿਆ ਗਿਆ। ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਇਸ ਲਈ 30 ਨਵੰਬਰ ਤੱਕ ਖਰੜੇ ਸੰਬੰਧੀ ਸਾਂਝੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ। ਸਮੂਹ ਸੰਗਤਾਂ, ਗ੍ਰੰਥੀ ਸਿੰਘਾਂ ਅਤੇ ਕਮੇਟੀਆਂ ਨੂੰ ਗੁਰੂ ਸਾਹਿਬ ਦੀ ਬੇਦਬੀ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ ਅਤੇ ਬੇਦਬੀ ਕਰਨ ਵਾਲਿਆਂ ਨੂੰ ਸਿੱਖੀ ਰਵਾਇਤਾਂ ਮੁਤਾਬਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਗਿਆ। ਸਰਕਾਰ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀ ਜੇਲ੍ਹਾਂ 'ਚੋਂ ਰਿਹਾਅ ਕੀਤੇ ਜਾਣ। ਸੂਰਤ ਸਿੰਘ ਖਾਲਸਾ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਨਵੀਂ ਚੋਣ ਕਰਵਾ ਕੇ ਜਮਹੂਰੀਅਤ ਬਹਾਲ ਕਰਵਾਉਣ ਦਾ ਸੱਦਾ ਦਿੱਤਾ ਗਿਆ। ਸਿੱਖਾਂ ਨੂੰ ਵੱਖਰੇ ਸਰਵ ਪ੍ਰਵਾਨਿਤ ਕੈਲੰਡਰ ਦੀ ਲੋੜ ਹੈ। ਹਰਿਮੰਦਰ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਮਿਲੇ ਅਤੇ ਦਰਬਾਰ ਸਾਹਿਬ ਸਮੂਹ ਵਿੱਚ ਕਿਸੇ ਵੀ ਮੁਲਕ ਦਾ ਕਾਨੂੰਨ ਲਾਗੂ ਨਾ ਹੋਵੇ। ਇਕੱਠ 26 ਜਨਵਰੀ 1996 ਨੂੰ ਹੋਏ ਸਰਬੱਤ ਖਾਲਸਾ ਦੇ ਮਤਿਆਂ ਨੂੰ ਸਹਿਮਤੀ ਦਿੰਦਾ ਹੈ। ਜਾਤਾਂ 'ਤੇ ਆਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਖਤਮ ਕਰਨ ਦੇ ਯਤਨ ਕੀਤੇ ਜਾਣ। ਇਹ ਦੇਖੋ ਸਾਡੀ ਟ੍ਰੈਡੀਸ਼ਨ ਹੈ ਕਿ ਇਹ ਆਪਣੇ ਘਰੋਂ ਵੀ ਸਾਰਾ ਕੁਛ ਕਰਨਗੇ ਅਤੇ ਇਹ ਤਾਂ ਮੋਰਲੀ ਉਹ ਜਿਹੜੇ ਡਿਫੰਕਟ ਹੋ ਗਏ ਹੈ ਜਥੇਦਾਰ ਉਹਨਾਂ ਦੀ ਜਗ੍ਹਾ ਅੱਜ ਸਰਬੱਤ ਖਾਲਸੇ ਨੇ ਲਾ ਤੇ ਆ। ਕਿੱਥੋਂ ਹੋਣਗੇ ਮੈਨੂੰ ਤਾਂ ਪਤਾ ਨਹੀਂ। ਕੱਲ੍ਹ ਦੇਖ ਲਿਓ ਹੋਊਗਾ,
ਦੇਖੋ ਅਸੀਂ ਲੜਨਾ ਤਾਂ ਹੈ ਨਹੀਂ, ਅਸੀਂ ਤਾਂ ਇਹਨਾਂ ਕੋਲ ਗਏ ਸੀਗੇ ਕਿ ਸਾਨੂੰ ਦੀਵਾਨ ਹਾਲ ਦੇ ਦਿਓ, ਇਹਨਾਂ ਨੇ ਨਹੀਂ ਦਿੱਤਾ। ਫਿਰ ਸਾਰੇ ਕਹਿੰਦੇ ਸੀ ਸਾਡੇ ਨਾਲ ਦੀਆਂ ਪਾਰਟੀਆਂ ਵਾਲੇ ਕਿ ਅਕਾਲ ਤਖ਼ਤ 'ਤੇ ਹੋਣਾ ਚਾਹੀਦਾ, ਜੇ ਅਸੀਂ ਅਕਾਲ ਤਖ਼ਤ 'ਤੇ ਹੋ ਜਾਂਦੇ ਤਾਂ ਫਿਰ ਲੜਾਈ ਹੋ ਜਾਣੀ ਸੀਗੀ, ਅਤੇ ਜਿਹੜੀ ਸਾਡੀ ਲੜਾਈ ਹੈ ਉਹ ਉੱਤੇ ਹੋ ਜਾਣੀ ਸੀ, ਅਤੇ ਜਿਹੜੇ ਅੱਜ ਰੈਜ਼ੋਲਿਊਸ਼ਨਸ ਪਾਸ ਕੀਤੇ ਉਹ ਥੱਲੇ ਆ ਜਾਣੇ ਸੀਗੇ। ਅਸੀਂ ਸਰਬੱਤ ਖਾਲਸਾ ਦੇ ਹੁਕਮ ਅੱਗੇ ਸੀਸ ਝੁਕਾਇਆ। ਸਰਬੱਤ ਸੰਗਤਾਂ ਨੂੰ ਪਤਾ ਕਿ ਉਹਨਾਂ ਨੇ ਕਿਹਦੇ ਨਾਲ ਇਹ ਸਰਬੱਤ ਸੰਗਤਾਂ ਨੂੰ ਸਾਡੀ ਬੇਨਤੀ ਹੈ, ਸਰਬੱਤ ਖਾਲਸਾ ਨੇ ਬਣਾਇਆ ਸਾਡਾ ਸਹਿਯੋਗ ਦੇਣ ਅਤੇ ਇਸ ਸੇਵਾ ਨੂੰ ਨਿਭਾਈ। ਦੇਖੋ ਅਸੀਂ ਤਾਂ ਜੋ ਸਰਬੱਤ ਖਾਲਸਾ ਨੇ ਹੁਕਮ ਕੀਤਾ, ਅਸੀਂ ਹਰਿਮੰਦਰ ਸਾਹਿਬ ਜਾਣਾ ਦਰਸ਼ਨ ਕਰਨ ਵਾਸਤੇ, ਔਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸਥਾਨ 'ਤੇ ਉੱਥੇ ਅਸੀਂ ਜਾ ਕੇ ਸਾਜਣਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨੇੜੇ ਆ, ਉੱਥੇ ਜੋ ਸਰਬੱਤ ਖਾਲਸਾ ਦਾ ਹੁਕਮ ਆ ਉੱਥੇ ਸਰਬੱਤ ਖਾਲਸਾ ਦੇ ਸੰਗਤਾਂ ਨੂੰ ਦਰਸ਼ਨ ਕਰਾਂਗੇ। ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ, ਲੜਾਈ ਨਹੀਂ ਆ। ਅੱਜ ਸਰਬੱਤ ਖਾਲਸਾ ਦੇ ਵਿੱਚ ਸਰਬੱਤ ਖਾਲਸੇ ਨੇ ਉਹ ਜਿਹੜੇ ਸਿੰਘ ਪਹਿਲਾਂ ਬਣੇ ਸੀ ਉਹਨਾਂ ਨੂੰ ਰੱਦ ਕਰ ਦਿੱਤਾ, ਨਵੀਂ ਨਿਯੁਕਤੀ ਹੋਈ ਹੈ। ਉਹਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿੰਘ ਸਾਹਿਬ ਬਣਾਇਆ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਪੰਥ ਨੇ ਮੈਂ ਇਹ ਸੇਵਾ ਦੇ ਯੋਗ ਤਾਂ ਨਹੀਂ ਸੀ, ਮੇਰੇ ਸਿਰ ਦੇ ਉੱਤੇ ਤਾਜ ਰੱਖਿਆ। ਕੌਮ ਦੇ ਨਾਂ 'ਤੇ ਮਤੇ ਪੜ੍ਹੇ ਗਏ ਆ, ਉਹਨਾਂ ਨੂੰ ਸਵੀਕਾਰ ਕਰਨਾ ਕੌਮ ਦਾ ਫਰਜ਼ ਆ। ਆਪਾਂ ਤਨਦੇਹੀ ਦੇ ਨਾਲ ਉਹਨਾਂ ਨੂੰ ਲਾਗੂ ਕਰੀਏ, ਉਹਨਾਂ 'ਤੇ ਪਹਿਰਾ ਦੇਈਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਉਹ ਦੁਬਾਰਾ ਨਾ ਸਾਹਮਣਾ ਕਰਨਾ ਪਵੇ। ਸਮੁੱਚੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਬਿਹਾਰ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਮਹਾਂਗਠਜੋੜ ਦਾ ਚਿਹਰਾ ਬਣੇ ਨਿਤੀਸ਼ ਕੁਮਾਰ 20 ਨਵੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਸਹੁੰ ਚੁੱਕ ਸਮਾਗਮ ਪਟਨਾ ਦੇ ਗਾਂਧੀ ਮੈਦਾਨ 'ਚ ਹੋਵੇਗਾ, ਜਿਸ ਵਿੱਚ ਬਹੁਤ ਸਾਰੇ ਨੇਤਾਵਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਅਨੁਸਾਰ ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੀ ਸ਼ਾਮਿਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮਿਲੀ ਖਬਰ ਮੁਤਾਬਕ ਕੈਬਨਿਟ ਵਿੱਚ 36 ਮੰਤਰੀ ਸ਼ਾਮਿਲ ਹੋ ਸਕਦੇ ਹਨ। ਆਰਥਿਕ ਸੁਧਾਰਾਂ ਦੀ ਦਿਸ਼ਾ ਵਿੱਚ ਵੱਡਾ ਕਦਮ ਪੁੱਟਦਿਆਂ ਮੋਦੀ ਸਰਕਾਰ ਨੇ ਮੰਗਲਵਾਰ ਨੂੰ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਮੋਦੀ ਸਰਕਾਰ ਨੇ 15 ਖੇਤਰਾਂ 'ਚ FDI ਦੇ ਨਿਯਮ ਆਸਾਨ ਕੀਤੇ ਹਨ। ਸਮਾਚਾਰ ਚੈਨਲ 'ਚ FDI ਦੀ ਸੀਮਾ 26% ਤੋਂ ਵੱਧ ਕੇ 40% ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸਰਕਾਰ ਵੱਲੋਂ ਡਿਫੈਂਸ, ਬ੍ਰਾਡਕਾਸਟਿੰਗ, ਨਿੱਜੀ ਬੈਂਕਾਂ, ਐਗਰੀਕਲਚਰ ਸਮੇਤ 15 ਸੈਕਟਰਾਂ ਵਿੱਚ ਵਿਦੇਸ਼ੀ ਨਿਵੇਸ਼ ਦੀ ਸੀਮਾ ਵਧਾਈ ਗਈ ਹੈ। ਰਬੜ ਅਤੇ ਕੌਫੀ ਸੈਕਟਰ ਵਿੱਚ 100% FDI ਨਿਵੇਸ਼ ਦੀ ਖੁੱਲ ਦਾ ਵੀ ਐਲਾਨ ਕੀਤਾ ਗਿਆ ਹੈ। ਮਿਲੀ ਖਬਰ ਅਨੁਸਾਰ ਸਾਰੇ FDI ਨਿਯਮਾਂ ਦੀ ਇੱਕ ਕਿਤਾਬ ਬਣੇਗੀ। ਅੱਜ ਪ੍ਰਧਾਨ ਮੰਤਰੀ ਨੇ ਕਈ ਉੱਚ ਅਧਿਕਾਰੀਆਂ ਨਾਲ ਬੁਨਿਆਦੀ ਢਾਂਚਾ ਖੇਤਰ ਵਿੱਚ ਪ੍ਰਗਤੀ ਸਬੰਧੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ 'ਚ ਕਿਹਾ ਗਿਆ ਹੈ ਕਿ 62 ਅਹਿਮ ਪ੍ਰੋਜੈਕਟਾਂ 'ਤੇ ਚੱਲ ਰਹੇ ਕੰਮ ਸੰਬੰਧੀ ਚੰਗੀ ਕਾਰਗੁਜ਼ਾਰੀ ਦੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪੀ ਗਈ ਹੈ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਵਿੱਤੀ ਸਾਲ 'ਚ ਕਈ ਅਹਿਮ ਪ੍ਰੋਜੈਕਟਾਂ 'ਤੇ ਕੰਮ ਜਲਦੀ ਪੂਰਾ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 1000 ਦਿਨਾਂ ਵਿੱਚ ਉਹਨਾਂ ਪਿੰਡਾਂ ਨੂੰ ਬਿਜਲੀ ਦਿੱਤੀ ਜਾਵੇਗੀ ਜਿੱਥੇ ਬਿਜਲੀ ਦੀ ਸਹੂਲਤ ਨਹੀਂ ਹੈ। ਬਿਹਾਰ ਚੋਣਾਂ ਵਿੱਚ BJP ਦੀ ਹਾਰ ਤੋਂ ਬਾਅਦ ਪਾਰਟੀ ਦੇ ਅੰਦਰੋਂ ਕਈ ਆਗੂ ਲਗਾਤਾਰ ਵਿਰੋਧ ਦੀ ਆਵਾਜ਼ ਚੁੱਕ ਰਹੇ ਹਨ। ਪਾਰਟੀ ਦੇ ਸੰਸਦ ਮੈਂਬਰ ਭੋਲਾ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸ਼ਬਦੀ ਹਮਲਾ ਬੋਲਿਆ। ਭੋਲਾ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾਂ ਦੀ ਭਾਸ਼ਾ ਨੂੰ ਬੇਮੁਹਾਰੀ ਦੱਸਿਆ ਹੈ। ਭੋਲਾ ਸਿੰਘ ਨੇ ਕਿਹਾ ਕਿ ਸੈਨਾਪਤੀ ਹੈਲੀਕਾਪਟਰ 'ਚ ਘੁੰਮਦੇ ਸਨ, ਪਰ ਬਿਹਾਰ ਦੇ ਨੇਤਾਵਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਤਰੂਘਨ ਸਿਨਹਾ ਅਤੇ RK ਸਿੰਘ ਨੇ ਵੀ ਪਾਰਟੀ ਦੇ ਖਿਲਾਫ਼ ਆਵਾਜ਼ ਚੁੱਕੀ ਸੀ। ਭੋਲਾ ਸਿੰਘ ਨੇ ਨਾਲ ਹੀ ਕਿਹਾ ਕਿ BJP ਰਸਤੇ ਤੋਂ ਭਟਕੀ ਹੈ, ਇਸ ਲਈ ਪਾਰਟੀ ਦੀ ਹਾਰ ਹੋਈ ਹੈ। ਇੱਕ ਰੈਂਕ ਇੱਕ ਪੈਨਸ਼ਨ ਲਾਗੂ ਕਰਨ ਲਈ ਸਰਕਾਰ ਵੱਲੋਂ ਜਾਰੀ ਸੂਚਨਾ ਖਿਲਾਫ਼ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਫੌਜੀਆਂ ਦੇ ਮੈਡਲ ਵਾਪਸ ਕਰਨ ਦੇ ਫੈਸਲੇ ਤੋਂ ਬਾਅਦ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਸਾਬਕਾ ਫੌਜੀਆਂ ਦਾ ਸੁਭਾਅ ਫੌਜੀਆਂ ਵਰਗਾ ਨਹੀਂ ਹੈ ਅਤੇ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਪਾਰੀਕਰ ਨੇ ਇੱਕ ਰੈਂਕ ਇੱਕ ਪੈਨਸ਼ਨ ਦੇ ਫੈਸਲੇ ਨੂੰ ਬੀਤੇ 1 ਸਾਲ 'ਚ ਆਪਣੀ ਵੱਡੀ ਉਪਲਬਧੀ ਦੱਸਦੇ ਹੋਏ ਕਿਹਾ ਕਿ ਇਸ ਕਦਮ ਨੂੰ ਆਖਰੀ ਰੂਪ ਵਿੱਚ ਭਾਜਪਾ ਸਰਕਾਰ ਨੇ ਹੀ ਅਮਲੀ ਰੂਪ ਦਿੱਤਾ ਹੈ। ਪਾਰੀਕਰ ਨੇ ਨਾਲ ਹੀ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਹੈ ਤਾਂ ਸਾਬਕਾ ਫੌਜੀ ਨਿਆਂ ਕਮਿਸ਼ਨ ਦੇ ਅੱਗੇ ਆਪਣਾ ਮਾਮਲਾ ਰੱਖ ਸਕਦੇ ਹਨ।
ਜਿਸ ਦਾ ਗਠਨ ਇਸ ਉਦੇਸ਼ ਨਾਲ ਕੀਤਾ ਜਾਵੇਗਾ। ਇੱਕ ਪਾਸੇ ਜਿੱਥੇ ਦਿੱਲੀ 'ਚ ਸਾਬਕਾ ਫੌਜੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਮੁਕਤਸਰ 'ਚ ਵੀ ਸਾਬਕਾ ਫੌਜੀਆਂ ਨੇ ਆਪਣੇ ਸਾਰੇ ਮੈਡਲ ਵਾਪਸ ਕਰ ਦਿੱਤੇ ਹਨ। ਇਹ ਮੈਡਲ ਦਿੱਲੀ ਵਿੱਚ ਰਾਸ਼ਟਰਪਤੀ ਨੂੰ ਦਿੱਤੇ ਜਾਣਗੇ। ਇੱਥੇ ਇਕੱਠੇ ਹੋਏ ਸਾਬਕਾ ਫੌਜੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਸਾਰੇ ਫੌਜੀ ਆਪਣੇ ਸਾਰੇ ਮੈਡਲਾਂ ਨੂੰ ਇਕੱਠੇ ਕਰਕੇ ਦਿੱਲੀ ਲਈ ਰਵਾਨਾ ਹੋ ਗਏ ਹਨ। ਅੱਜ ਅਸੀਂ ਸਾਡੇ ਦਿੱਲੀ ਦੇ ਉੱਤੇ ਜੰਤਰ ਮੰਤਰ ਦੇ ਉੱਤੇ ਸਾਡੇ ਸਾਥੀਆਂ ਨੇ ਧਰਨਾ ਦਿੱਤਾ ਹੋਇਆ ਹੈ, ਜੋ ਕਿ ਸਾਨੂੰ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇੱਕ ਰੈਂਕ ਕਪਿਲਸਨ ਦਾ। ਉਹਦਾ ਸਿਰਫ ਨਾਂ ਹੀ ਇੱਕ ਰੈਂਕ ਕਪਿਲਸਨ ਦਾ ਨਾਂ ਦਾ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਵਿੱਚ ਉਹਦੇ ਸਾਨੂੰ ਕੁਛ ਵੀ ਨਹੀਂ ਦਿੱਤਾ ਗਿਆ ਹੈਗਾ। ਮੋਦੀ ਨੇ ਸਾਡੇ ਨਾਲ ਰੱਜ ਕੇ ਧੋਖਾ ਕੀਤਾ, ਸਾਨੂੰ ਲਾਰੇ ਲਾ ਕੇ ਸਾਨੂੰ ਝੂਠ ਬੋਲ ਬੋਲ ਕੇ ਵੋਟਾਂ ਬਟੋਰ ਲਈਆਂ ਬਿਹਾਰ ਦੇ ਵਿੱਚ ਵੀ ਹੋਰ ਪਾਸੇ ਵੀ, ਪਰ ਸਾਨੂੰ ਉਹਨੇ ਸਾਡਾ ਜਿਹੜਾ ਸੀਗਾ ਵਿੱਚ ਟਰੂਤੀਆਂ ਛੱਡਤੀ, ਸਾਨੂੰ ਕੁਛ ਵੀ ਨਹੀਂ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਗਲੇ ਮਹੀਨੇ 7 ਅਤੇ 8 ਦਸੰਬਰ ਨੂੰ ਪਾਕਿਸਤਾਨ ਜਾ ਸਕਦੇ ਹਨ। ਉਹਨਾਂ ਨੂੰ ਅਫਗਾਨਿਸਤਾਨ ਦੇ ਮਸਲੇ 'ਤੇ ਹੋਣ ਵਾਲੀ ਕਾਨਫਰੰਸ ਲਈ ਸੱਦਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਾਰਟ ਆਫ ਏਸ਼ੀਆ ਨਾਂ ਦੀ ਕਾਨਫਰੰਸ 'ਚ ਕਰੀਬ 25 ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਹਨ। ਜੇ ਭਾਰਤ ਇਸ ਕਾਨਫਰੰਸ 'ਚ ਸ਼ਾਮਲ ਹੁੰਦਾ ਹੈ ਤਾਂ ਦੋਵਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਤਣਾਅ 'ਤੇ ਵੀ ਚਰਚਾ ਹੋ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਨੂੰ ਲੈ ਕੇ ਪਿੰਡ ਧਾਂਦੀ ਵਾਲ 'ਚ ਪਿੰਡ ਦੇ ਨਿਵਾਸੀਆਂ ਨੇ ਰੋਸ ਪ੍ਰਗਟ ਕਰਨ ਲਈ ਆਪਣੇ ਆਪਣੇ ਘਰਾਂ 'ਚ ਕਾਲੇ ਝੰਡੇ ਲਗਾਏ। ਜ਼ਿਕਰਯੋਗ ਹੈ ਕਿ ਪੂਰੇ ਪਿੰਡ ਨੇ ਇੱਕ ਮੀਟਿੰਗ ਕਰਕੇ ਮਤਾ ਪਾਸ ਕੀਤਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਨ ਵਾਲੇ ਦੋਸ਼ੀ ਨਹੀਂ ਫੜੇ ਜਾਂਦੇ, ਉਹ ਉਦੋਂ ਤੱਕ ਨਾ ਤਾਂ ਝੰਡੇ ਉਤਾਰਨਗੇ ਅਤੇ ਨਾ ਹੀ ਦੀਵਾਲੀ ਮਨਾਉਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ, ਸਾਡੇ ਹਿੱਲ ਦੇ ਪ੍ਰਤੀਨਿਧ ਗਏ ਨੇ ਉਹਦੇ ਸੰਬੰਧ ਦੇ ਵਿੱਚ, ਅਤੇ ਅਸੀਂ ਸਾਰੇ ਪਿੰਡ ਨੇ ਮਤਾ ਪਾਸ ਕੀਤਾ ਵੀ ਇਸ ਵਾਰ ਅਸੀਂ ਦੀਵਾਲੀ ਨਹੀਂ ਮਨਾਉਣੀ, ਕਾਲੀ ਦੀਵਾਲੀ ਮਨਾਉਣੀ ਆ, ਅਤੇ ਕਾਲੇ ਝੰਡੇ ਉਨਾ ਚਿਰ ਲਾ ਕੇ ਰੱਖਾਂ ਜਿੰਨਾ ਚਿਰ ਇਹ ਸਾਡੇ ਮਸਲੇ ਦਾ ਹੱਲ ਨਹੀਂ ਹੋ ਜਾਂਦਾ। ਦਿੱਲੀ ਤੋਂ ਸਹਾਰਨਪੁਰ ਆ ਰਹੀ DMU ਪੈਸੰਜਰ ਟ੍ਰੇਨ ਦੇ ਇੰਜਨ 'ਚ ਭਿਆਨਕ ਅੱਗ ਲੱਗ ਗਈ। ਨਾਗਲ ਸਟੇਸ਼ਨ 'ਤੇ ਇਹ ਅੱਗ ਲੱਗੀ। ਯਾਤਰੀਆਂ ਨੂੰ ਸੁਰੱਖਿਅਤ ਬਾਹਰ ਵੀ ਕੱਢ ਲਿਆ ਗਿਆ ਹੈ। ਰੇਲਵੇ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।